ਨਾਲ ਇਸ ਦੁਬਾਰਾ ਜੀ ਉਹਨਾਂ ਦੇ ਰੂਹਾਨੀ ਗੁਰਸ਼ਰ ਸਨ। ਕਿਉਂਕਿ ਅਸਲ ਗੱਦੀ ਤਾਂ ਇਹ ਸੀ ਨਾ, ਜਿਸ ਗੱਦੀ 'ਤੇ ਬੈਠੇ ਆਪ ਦੇ ਵਾਲਕ ਆਪਦਾ ਭਾਈ ਅਤੇ ਉਸ ਤੋਂ ਬਾਅਦ ਆਪ ਖੁਦ ਅਤੇ ਇਸ ਤਰ੍ਹਾਂ ਇਸ ਲਈ ਇਹ ਸੀ ਪਰਿਵਾਰ। ਉਸ ਤੋਂ ਬਾਅਦ ਇਸ ਪਰਿਵਾਰ ਜੀ ਆ ਜਾਓ ਨਾਲ ਤੁਸੀਂ ਆ ਜਾਓ ਬੰਦ ਪਿਆ ਦੇ ਵਿੱਚ ਇਸ ਦਰਬਾਰ ਦਾ ਇਫਤਤਾਹ ਹੋਇਆ ਸੀ। ਇਹ ਮੀਆਂ ਸਾਹਿਬ ਦਾ ਦਰਬਾਰ ਹੈ, ਉਹ ਪੀਰਾ ਸ਼ਾਹ ਗਾਜ਼ੀ ਖਾਨ ਦਾ ਅਤੇ ਮੁਰਸ਼ਦ ਦਾ, ਅਤੇ ਇਹ 2008 'ਚ ਇਫਤਤਾਹ ਹੋਇਆ ਸੀ। ਸਾਹਿਬਜ਼ਾਦਾ ਅਮਰਦਾਸ ਸਾਹਿਬ ਜੀ ਦੇ ਵਫਾਤ ਸਨ। ਅੰਦਰ ਇੱਕ ਬਰਾਤ ਆਈ ਹੋਈ ਹੈ, ਇੱਥੇ ਰਵਾਇਤ ਹੈ ਕੋਈ ਵਿਆਹ ਹੁੰਦਾ ਹੈ ਰਾਤ ਕਸ਼ਮੀਰ ਤੋਂ ਹਾਜ਼ਰੀ ਲਈ ਦੁਲਾ ਦੁਲਾ ਜਿਹੜਾ ਇੱਥੇ ਆਉਂਦੇ ਨੇ ਅਤੇ ਉਹ ਦੁਲਾ ਨਿਕਲਦੇ ਨੇ ਫਿਰ ਸਿਆਦ ਹੋ ਗਏ ਲੋਕੇਸ਼ਨ। ਇਹ ਦਰਬਾਰ ਸ਼ਰੀਫ ਦਾ ਹੈ, ਉਦੋਂ ਸਰਦਾਰ ਅਤੇ ਕਮਲ ਖਾਨ ਸਨ ਵਗੈਰਾ ਅਤੇ ਮੀਆਂ ਸਾਹਿਬ ਦੇ ਮੁਤਲਕ ਅਸੀਂ ਥੋੜ੍ਹਾ ਜਿਹਾ ਬਿਆਨ ਕਰਾਂਗੇ। ਮੀਆਂ ਸਾਹਿਬ ਨੂੰ ਪੰਜਾਬੀ ਦਾ ਸ਼ਾਇਰ, ਅਜ਼ੀਮ ਸ਼ਾਇਰ, ਦਾਨਸ਼ਵਰ, ਸੂਫੀ ਸਿਆਣਾ ਮੰਨਿਆ ਗਿਆ। ਔਰ ਜਿਸ ਤਰ੍ਹਾਂ ਪੀਰ ਵਾਰਿਸ ਸ਼ਾਹ ਜਿਹੜੀ ਬਹੁਤ ਵੱਡੇ ਸ਼ਾਇਰ ਨੇ ਜਾਂ ਮੁਹੰਮਦ ਬਖਸ਼